ਕੀ ਕਰਦੇ ਪਏ ਜੀ? ਰੋਟੀ ਖਾਂਦੇ ਪਏ। ਕਾਹਦੇ ਨਾਲ ਖਾਂਦੇ ਪਏ ਜੀ? ਭਿੰਡੀਆਂ ਨਾਲ। ਭਿੰਡੀਆਂ ਨਾਲ ਖਾਂਦੇ ਪਏ ਜੀ? ਅਤੇ ਤੁਸੀਂ ਆਹ ਕੌਣ ਨੇ? ਜਾਨ ਤੂੰ ਵੀ ਖਾਣਾ ਪਿਆ ਹੈ? ਅੱਛਾ, ਸਾਰੇ ਤਿੰਨੇ ਭੈਣ ਭਰਾ ਰੋਟੀ ਖਾਂਦੇ ਪਏ ਜੀ। ਅੱਛਾ, ਆਹ ਤੁਹਾਡੀ ਭੈਣ ਏ, ਇਹਦਾ ਕੀ ਨਾਂ ਹੈ? ਮਾਨ ਫਾਤਮਾ। ਬੜੀ ਯਾਰ ਕਮਾਲ ਦੀ ਗੱਲ, ਤੁਸੀਂ ਤਿੰਨੇ ਭੈਣ ਭਰਾ ਗੱਲ ਗੱਠੇ ਰੋਟੀ ਖਾਂਦੇ ਪਏ ਜੀ। ਆਪ ਵੀ ਪਕਾਉਂਦੇ ਜੀ? ਅੱਛਾ, ਸਾਲਨ ਕੀ ਪਕਾਇਆ ਜੀ? ਆਲੂ ਗੰਢੇ। ਅੱਛਾ, ਤੁਹਾਡੀ ਮਾਮਾ ਫੌਤ ਹੋਈ ਜੀ? ਹੈ, ਹੈਗੀ ਏ? ਨਹੀਂ ਹੈਗੀ, ਫੌਤ ਹੋਈ ਪਈ। ਅਤੇ ਹੁਣ ਰੋਟੀਆਂ ਨਹੀਂ ਪਕਾ ਕੇ ਦਿੰਦੀ? ਹੈ, ਆਪ ਪਕਾ ਕੇ ਦਿੰਦਾ? ਇਹ ਤੇਰਾ ਭਾਈ ਏ? ਅੱਛਾ, ਬੜਾ ਪਿਆਰ ਕਰਦਾ ਤੁਹਾਡੇ ਨਾਲ ਵੱਡਾ ਭਰਾ? ਇਹ ਤੁਹਾਡਾ, ਇਹ ਜਾਨੂ ਏ? ਇਹ ਤੇਰੀ ਭੈਣ ਏ? ਇਹ ਤੇਰਾ ਨਿੱਕਾ ਭਰਾ ਏ? ਆ ਤੇਰਾ ਨਿੱਕਾ ਭਰਾ, ਤੇ ਰੋਟੀ ਕੌਣ ਲੈਣਾ? ਆ ਨਹੀਂ ਭੈਣ। ਅੱਛਾ, ਉਹਦਾ ਚੁੱਪ ਕਰ, ਉਹਦਾ ਚੁੱਪ ਕਰੋ, ਰੌਲਾ ਨਾ ਪਾਓ। ਅਤੇ ਜਾਨੂ ਕੀ ਪਕਾਇਆ ਜੇ? ਭਿੰਡੀ ਕੀ? ਆਲੂ ਭਿੰਡੀਆਂ ਇਹਨੇ ਪਕਾਈਆਂ ਨੇ? ਨਹੀਂ, ਇਹਨੇ ਨਹੀਂ ਪਕਾਈਆਂ। ਅੱਛਾ ਜੀ, ਅੱਛਾ, ਲਓ ਜੀ ਨਾਜ਼ਰੀਨ, ਸਾਡਾ ਚੈਨਲ ਲਾਈਕ ਸਬਸਕ੍ਰਾਈਬ ਕਰੋ। ਅੱਜ ਤੁਹਾਨੂੰ ਛੋਟੇ ਬੱਚਿਆਂ ਦੀ ਸਲੂਕ ਨਾਲ ਰੋਟੀ ਖਾਣੀ ਤਫਾਕ ਨਾਲ ਵਹਾਈ, ਅਤੇ ਮੌਸਮ ਵਾਲੀ ਪੱਟੀ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।